ਸਸ਼ੀ ਕਾਲ ਜੀ ਮੈਲਾ ਪ੍ਰੀਤ ਕੋ ਹਾਜ਼ਰਾਂ ਜੀ ਸੁਖਵੀਰ ਕੋਰ ਸੁਖ ਦਵਾਰਾ ਲਿਖਿਆ ਗਿਆ ਨਾਵਲ ਇੱਕ ਆਖਰੀ ਸਹਾਰਾ ਦਾ ਪਾਗਟ ਮਲਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਬਖਸ਼ੀਸ਼ ਸਿੰਘ ਦਾ ਲਾਡਲਾ ਨੀਕੀ ਇਹ ਸਭ ਵੇਖ ਕੇ ਕੋਲਾ ਕੇ ਆਪਣੇ ਉਹੀ ਲੈਜ਼ੀ ਚ ਬੋਲਦਾ ਜੋ ਆਮ ਹੀ ਹਰ ਇੱਕ ਨਾਲ ਆ ਰੱਖਦਾ ਹੈ ਵਾਹ ਪੂਰਾ ਵਿਆਹ ਦੇਖਣ ਵਾਲੇ ਤੇ ਵਸਤ ਹੁਣ ਤਿੰਨਾਂ ਨੂੰ ਵੇਖ ਰਹੀ ਨੇ ਜਿਵੇਂ ਕਦੇ ਇਹੋ ਜਿਹੀ ਜਵਾਨੀ ਨਾ ਵੇਖੀ ਹੋਵੇ ਜੋ ਚਾਰੋਂ ਤੇਰੀਆਂ ਸਹੇਲੀਆਂ ਤੇ ਆਈ ਆ ਬਸ ਕਰ ਜੀ ਅਕਰ ਵੀਰੇ ਇਹੋ ਜਿਹੀਆਂ ਗੱਲਾਂ ਕਰਨ ਵਾਸਤੇ ਹੋਰ ਵਥੀਰੀਆਂ ਹੋਣਗੀਆਂ ਤੈਨੂੰ ਮੇਰੀਆਂ ਹੀ ਸਹੇਲੀਆਂ ਮਿਲੀਆਂ ਪਹਿਲਾਂ ਦੀ ਤਰ੍ਹਾਂ ਚਰਨ ਉਹਨੇ ਚੁੱਪ ਨਾ ਰਹਿ ਕੇ ਨੀਕੀ ਨੂੰ ਕਰਦਾ ਜਵਾਬ ਦਿੱਤਾ ਲੈ ਛੁੱਦਿਸਤਾਈ ਮੈਂ ਤੇ ਉਹੀ ਆਖਿਆ ਕਿਉਂ ਮੁੰਡਿਓ ਠੀਕ ਹੈ ਨਾ ਮੈਂ ਆਪਣੇ ਨਾਲ ਦੇ ਯਾਰਾਂ ਵੱਲ ਵੇਖ ਕੇ ਨੀਕੀ ਕਹਿੰਦਾ ਹੈ ਉਹ ਵੀ ਮਸਕਰੀ ਚਹੀ ਹਾਸੇ ਹੱਸਦੇ ਹੋਏ ਹਾਂਜ ਹਾਂ ਮਿਲਾਉਂਦੇ ਹਨ ਚਲੋ ਸ਼ੀਤਲ ਪਾਸ਼ੂ ਅੰਦਰ ਮੇਰੇ ਨਾਲ ਚਰ ਨੂੰ ਬਾਬੇ ਵਿਸ਼ਾਕੇ ਦਾ ਰੋਟੀ ਵਾਲੇ ਥਾਲ ਨੂੰ ਚੁੱਕਦੇ ਹੋਏ ਦੋਨਾਂ ਨੂੰ ਕਹਿੰਦੀ ਹੈ ਤੇ ਉੱਥੇ ਚੱਲ ਜਾਂਦੀਆਂ ਹਨ ਪਰ ਨੀਕੀ ਆਪਣੇ ਯਾਰਾਂ ਦੋਸਤਾਂ ਦੇ ਜਾਂਦਾ ਹੋਏ ਆਖਦਾ ਹੈ ਕੋਈ ਨਾ ਕੋਈ ਬਾਲਾ ਦੂਰ ਨਹੀਂ ਆ ਇਸ ਦਾ ਕਰ ਵੇਖ ਲਵਾਂਗੇ ਕਿਸੇ ਦਿਨ ਇਸ ਨੂੰ ਵੀ ਜਿਵੇਂ ਇਸਦੀ ਮਾਂ ਦੀ ਏਕੜੀ ਕੱਢੀ ਸੀ ਤੇ ਮੈਂ ਇਹਦੀ ਵੀ ਕੱਢ ਦੇਵਾਂਗਾ ਜਦ ਨੀਕੀ ਇਹ ਸਭ ਆਖ ਰਿਹਾ ਹੁੰਦਾ ਤਾਂ ਨੰਦ ਗੁਰ ਚੌਂਕੇ ਜਿ ਬੈਠੀ ਸਭ ਕੁਝ ਸੁਣ ਲੈਂਦੀ ਆ ਤੇ ਕਿਸੇ ਗੈਰੇ ਅਤੀਤ ਦੀ ਛਾਈ 'ਚ ਪਹੁੰਚ ਜਾਂਦੀ ਆ ਜਿੱਥੇ ਕੋਈ ਨਹੀਂ ਸੀ ਉਸ ਦੀਆਂ ਚੀਕਾਂ ਸੁਣਨ ਵਾਲਾ ਨਾ ਸੀ ਕੋਈ ਉਸ ਦੀ ਪੱਤ ਬਚਾਉਣ ਵਾਲਾ ਜਦ ਨੇਕੀ ਦੇ ਬਾਪ ਬਖਸ਼ੀਸ ਨੇ ਇਹੋ ਜਿਹਾ ਕਰਮ ਕੀਤਾ ਸੀ ਆਪ ਮੰਨ ਜਾਂਦੀ ਤਾਂ ਚੰਗਾ ਸੀ ਵੇਖ ਲਾ ਮੈਨੂੰ ਕੀ ਕੀ ਕਰਨਾ ਪੈ ਗਿਆ ਇਕ ਤੇਰੇ ਕਰਕੇ ਬਖਸ਼ੀਸ ਸਿੰਘ ਨੰਦ ਗੁਰ ਨੂੰ ਆਖਦਾ ਹੈ ਜਦ ਉਹ ਕੋੜੇ ਵਾਲੇ ਬਾੜੇ ਦੀ ਸਫਾਈ ਕਰਕੇ ਅੰਦਰ ਖਿਲਰਿਆ ਪਿਆ ਸਮਾਨ ਠੀਕ ਕਰਦੀ ਹੈ ਨੰਦ ਗੁਰ ਵੀ ਉਸ ਸਮੇਂ ਦਿਆਲ ਨਾਲ ਨਮੀ ਨਮੀ ਹਵੇਲੀ ਚਾਈ ਸੀ ਤੇ ਕੰਮ ਵੀ ਇੱਥੇ ਕਰਨ ਲੱਗ ਪਈ ਸੀ ਪਰ ਬਖਸ਼ੀ ਦੀ ਨਜ਼ਰ ਹਮੇਸ਼ਾ ਉਸ ਉੱਤੇ ਹੀ ਰਹਿੰਦੀ ਸੀ ਉਹ ਹਮੇਸ਼ਾ ਮੌਕਾ ਦੇਖਦਾ ਰਹਿੰਦਾ ਸੀ ਕਿ ਕਦ ਉਹ ਇਕੱਲੀ ਮਿਲੇ ਜਾਂ ਕਦੇ ਕਰੇ ਜਾਂ ਦੀਵਾਲ ਨੂੰ ਖੇਤ ਪੇਜ ਦਿੱਤਾ ਜਾਂਦਾ ਤੇ ਰਾਤ ਪਰਤੇ ਜਾ ਕੇ ਨੰਦਕੁਰ ਦਾ ਬੂਹਾ ਪੰਨਣ ਲੱਗਦਾ ਨੰਦਕੁਰ ਬੂਹਾ ਨਾ ਖੋਲਦੀ ਤਾਂ ਅੱਗ ਬਬੂਲਾ ਹੋਇਆ ਘਰ ਪਰਤੋਂਦਾ ਵੀਖ ਸਰਦਾਰਾ ਮੈਨੂੰ ਜਾਣਦੀ ਆਪਣੇ ਹੱਥ ਬੰਨਦੀ ਹੋਈ ਨੰਦਕੁਰ ਰੱਖਦੀ ਆ ਅੰਮੇ ਕਿਵੇਂ ਜਾਣਦੇ ਆ ਬੜੀ ਮੁਸ਼ਕਿਲ ਨਾਲ ਤਾਂ ਅੱਜ ਕਾਬੂ ਆਈ ਐ ਇਹਨਾਂ ਆਖਦਾ ਹੋਇਆ ਬਖਸ਼ੀਸ਼ ਸਿੰਘ ਆਪਣੀ ਹਵਸ ਨੂੰ ਮਕਾਉਣ ਲਈ ਨੰਦਕੌਰ ਦੀ ਟੁੱਟ ਕੇ ਪੈਂਦਾ ਹੈ। ਇਹੀ ਨਹੀਂ ਕਿ ਨੰਦਕੌਰ ਨੇ ਬਾਬੇ ਵਿਸ਼ਾਖਾ ਦੀ ਉਸਦੀ ਪਤਨੀ ਪੰਜਾਬ ਕੁੰਨ ਗਸਿਆ ਨਹੀਂ ਸੀ ਬਲਕਿ ਉਸ ਨੂੰ ਆਪਣੀ ਇੱਜ਼ਤ ਤੇ ਹਵੇਲੀ ਦੀ ਸ਼ਾਨ ਦੀ ਖਾਤਰ ਚੁੱਪ ਕਰਵਾ ਦਿੱਤਾ ਗਿਆ। ਨੇਕੀ ਦੀ ਗੱਲ ਸੁਣ ਕੇ ਉਸ ਨੂੰ ਆਪਣੇ ਨਾਲ ਬੀਤਿਆ ਹੋਇਆ ਅਮਰ ਯਾਦ ਆ ਗਿਆ ਸੀ। ਤੇ ਨੀਕੀ ਵੀ ਆਪਣੀ ਮਾਂ ਤੋਂ ਆਪਣੇ ਬਾਪ ਦੇ ਇਹੋ ਜਿਹੇ ਕਿਸੇ ਸੁਣ ਸੁਣ ਕੇ ਵੱਡਾ ਹੋਇਆ ਸੀ ਬਸ ਉਹੀ ਉਹਦੇ ਵੀ ਚਾਲ ਚੱਲਣ ਸੀ ਉਹਦੇ ਰਾਹ ਤੇ ਤੁਰ ਪਿਆ ਸੀ ਕੋਈ ਪ੍ਰਵਾਹ ਨਹੀਂ ਸੀ ਕਿਸੇ ਦੀ ਨਿੰਦਕਰ ਛੇਤੀ ਹੱਥ ਚਲਾ ਹੋਰ ਵੀ ਬਥੇਰੇ ਕੰਮ ਰਹਿੰਦਾ ਏ ਨਾਲ ਕੰਮ ਕਰਵਾ ਰਹੀ ਸ਼ਾਮੋ ਨੇ ਕਿਹਾ ਪਰ ਨੰਦਕਰ ਨੇ ਕੋਈ ਉੱਤਰ ਨਹੀਂ ਦਿੱਤਾ ਤੇ ਆਪਣਾ ਕੰਮ ਕਰਦੀ ਰਹੀ ਪਾਸ਼ੋ ਆਪਣੀ ਸਹੇਲੀ ਨੂੰ ਮਿਲ ਕੇ ਬਹੁਤ ਖੁਸ਼ ਸੀ ਆਖਿਰ ਕਿੰਨੇ ਦਿਨ ਬਾਅਦ ਮਿਲ ਰਹੀ ਸੀ ਸ਼ੀਤਲ ਨੇ ਮੋਕਾ ਦੇਖਦੇ ਹੋਏ ਪਾਸ਼ੂ ਨੂੰ ਪੁੱਛਿਆ ਕਿੱਥੇ ਪਹੁੰਚੀ ਤੇਰੇ ਪਿਆਰ ਦੀ ਕਹਾਣੀ ਹਾਈ ਨੀ ਇੰਝ ਇੱਥੇ ਸਭ ਦੇ ਵਿੱਚ ਨਾ ਬੋਲ ਮੈਨੂੰ ਸੰਗ ਲੱਗਦੀ ਆ ਸ਼ੀਤਲ ਦੇ ਬੁੱਲਾਂ ਤੇ ਆਪਣੀ ਉਂਗਲ ਰੱਖਦੇ ਹੋਏ ਪਾਸ਼ੂ ਬੋਲੀ ਆਹਾ ਜਦ ਜਿੰਦਰ ਦਾ ਹੱਥ ਫੜਕੇ ਮਟਕਮਟ ਕਰਕੇ ਤੁਰਦੀ ਉਸ ਕੋਠੇ 'ਚੋਂ ਬਾਹਰ ਆਈ ਸੀ ਉਸ ਸਮੇਂ ਸੰਗ ਨਾ ਲੱਗੀ ਪਾਸ਼ੂ ਦੇ ਚਿਹਰੇ ਦੀ ਲਾਲੀ ਵੇਖ ਸ਼ੀਤਲ ਬੋਲੀ ਤੂੰ ਨਹੀਂ ਢਲ ਸਕਦੀ ਲੈ ਜਦ ਪਿਆਰ ਹੀ ਤਾਂ ਸੰਗ ਕੀ ਮੈਨੂੰ ਤੇ ਬਹੁਤ ਪਿਆਰੇ ਕਿਸ ਦੇ ਨਾਲ ਦੱਸ ਮੈਨੂੰ ਕੌਣ ਹੈ ਕਿਵੇਂ ਹੈ ਕਿੱਥੇ ਦਾ ਕੀ ਕਰਦਾ ਐਨੇ ਸਵਾਲ ਇੱਕੋ ਵਾਰਸ਼ ਹਾ ਹਾ ਇੱਕੋ ਵਾਰਸ਼ ਚਲ ਅਸਰਾਤ ਨੂੰ ਇੱਥੇ ਹਵੇਲੀ 'ਚ ਹੀ ਰੋਕੀ ਮੇਰੇ ਕੋਲ ਸਭ ਕੁਝ ਦੱਸਾਂਗੀ ਠੀਕ ਹੈ ਪਾਸ਼ੋ ਨੇ ਸੀਤਲ ਨੂੰ ਹਾਂ ਤਾਂ ਕਰ ਦਿੱਤੀ ਸੀ ਪਰ ਬੀਬੀ ਨੂੰ ਕਿੰਝ ਮਨਾਉਣਾ ਸੀ ਇਹ ਨਹੀਂ ਸੀ ਪਤਾ ਪਾਸ਼ੋ ਨੇ ਹਾਂ ਤਾਂ ਕਰ ਦਿੱਤੀ ਸੀ ਪਰ ਸੀਤਲ ਨੂੰ ਬੀਬੀ ਨੂੰ ਮਨਾਉਣਾ ਐਨਾ ਆਸਾਨ ਨਹੀਂ ਸੀ ਜਿਹੜੀ ਬੀਬੀ ਉਸ ਨੂੰ ਹਵੇਲੀ ਵੱਲ ਵੇਖਾ ਨਹੀਂ ਸੀ ਦਿੰਦੀ ਰਾਤ ਰਿਆਂ ਲਈ ਤੇ ਬੜੀ ਮੁਸ਼ਕਿਲ ਸੀ ਕਿਉਂਕਿ ਬੀਬੇ 파ਸ਼ੋ ਨੂੰ ਆਪਣੀਆਂ ਅੱਖਾਂ ਤੋਂ ਪਰੇ ਨਹੀਂ ਸੀ ਕਰਦੀ 파ਸ਼ੋ ਦੇ ਆਪਣੀ ਘਰ ਦੀ ਹਾਲਤ ਕੋਈ ਜ਼ਿਆਦਾ ਚੰਗੀ ਨਹੀਂ ਸੀ ਸੋਹੋ ਸ਼ੀਤਨ ਨੂੰ ਆਪਣੇ ਘਰ ਆਉਣ ਲਈ ਆਖ ਨਾ ਸਕੀ ਪਰ ਰਾਤ ਰਿਆਂ ਦੀ ਨਾਂ ਤੇ ਇੱਕ ਵਾਰ ਤੇ 파ਸ਼ੋ ਵੀ ਫੁੱਲਾਂ ਦੀ ਤਰ੍ਹਾਂ ਖਿੜ ਗਈ ਸੀ ਕਿ ਇੱਕ ਮਹਿਲ ਵਰਗੇ ਘਰ 'ਚ ਰਾਤ ਗੁਜ਼ਰੇਗੀ ਉਸ ਦਾ दिली ਸੁਪਨਾ ਜੋ ਸੀ ਬਚਪਨ ਤੋਂ ਹੀ ਹਵੇਲੀ ਨੂੰ ਬਾਰੰਬਾਰ ਵੇਖਦੀ ਰਹਿੰਦੀ ਸੀ ਅੱਜ ਉਸ ਮਖਮਲ ਵਾਲੇ ਗੱਦਿਆਂ 'ਤੇ ਪੈਣ ਦਾ ਮਨ ਹੋ ਰਿਹਾ ਸੀ ਕਿੱਥੇ ਹਵੇਲੀ ਦੀ ਉਹ ਸਾਫ ਸੁਥਰੀਆਂ ਕੰਧਾਂ ਤੇ ਕਿੱਥੇ ਆਪਣੇ ਉਹ ਨਿੱਕੇ ਜਿਹੇ ਆਲਣੇ ਦੀਆਂ ਧੂੜ ਪਈਆਂ ਕੰਧਾਂ ਤੇ ਜਾਲਿਆਂ ਨਾਲ ਪਰੀਛਤ ਪਾਸ਼ੂ ਦੀਆਂ ਅੱਖਾਂ ਅੱਗੇ ਆ ਗਈ ਪਾਸ਼ੂ ਤੂੰ ਇੱਥੇ ਕੀ ਕਰ ਰਹੀ ਤੇਰੀ ਬੇਬੇ ਤੈਨੂੰ ਦੇਖਦੀ ਸੀ ਸ਼ਾਮੂ ਨੇ ਪਾਸ਼ੂ ਨੂੰ ਕਿਹਾ ਤੇ ਆਪ ਕੰਬਰੀਆਂ ਦੇ ਵਿੱਚ ਉਥਲ ਪੁਥਲ ਹੋਇਆ ਸਮਾਨ ਠੀਕ ਕਰਨ ਲੱਗ ਪਈ ਤੇ ਇਕੱਠਾ ਵਿੱਚ ਬੱਚਿਆਂ ਤੇ ਬਜ਼ੁਰਗਾਂ ਹੱਥ ਢੁੱਲੀ ਚਾਹ ਨੂੰ ਸਾਫ ਪੋਚਾ ਮਾਰਨ ਲੱਗ ਪਈ ਪਾਸ਼ੂ ਆ ਕੇ ਆਪਣੀ ਬੇਬੇ ਕੋਲ ਚੌਂਕੀ 'ਚ ਬੈਠ ਗਈ ਜੋ ਕਿ ਕੰਮ ਕਰਨ ਲੱਗੇ ਹੋਏ ਹਲਵਾਈਆਂ ਵਾਸਤੇ ਚਾਹ ਬਣਾ ਰਹੀ ਸੀ ਬੇਬੇ ਇੱਕ ਦਿਨ ਲਈ ਮੈਂ ਹਵੇਲੀ ਰੁਕ ਜਾ ਕੀ ਆਖਿਆ ਤੂੰ ਹਵੇਲੀ 'ਚ ਰੁਕਣਾ ਏ ਓਕਿਆ ਬੇਬੇ ਚਰਨੋਂ ਦਾ ਵਿਆਹ ਹੋ ਜਾਣਾ ਏ ਫਿਰ ਉਹ ਵੀ ਪ੍ਰਾਈ ਹੋ ਜਾਣੀ ਏ ਮੈਨੂੰ ਇੱਕ ਰਾਤ ਰੁਕ ਜਾਣ ਦੇ ਉਹਦੇ ਕੋਲ ਨਹੀਂ ਉਹ ਕਿਹੜਾ ਹੁਣੇ ਚੱਲੇ ਆ ਸੋਹਰੇ 3 ਸਾਲ ਬਾਅਦ ਮੁਕਲਾਵਾ ਏ ਇੱਥੇ ਇਹੀ ਮਿਲੀ ਜਾਣਾ ਜਿੰਨਾ ਮਿਲਣਾ ਏ ਪਰ ਬੇਬੇ ਹੁਣ ਕੀ ਹੋਇਆ ਮੇਰੀ ਸਹੇਲੀ ਸ਼ੀਤਲ ਆਈਏ ਉਹ ਵੀ ਇੱਥੇ ਹੀ ਹੋਣੀ ਓਦੇ ਘਰ ਕੇ ਕਹਿ ਰਹੀ ਆ ਮੈਂ ਤੂੰ ਉਹਨੂੰ ਆਪਣੇ ਘਰ ਲੈ ਚਲੀ ਰਾਤ ਨੂੰ ਬੇਬੇ ਆਪਣਾ ਘਰ ਵੇਖਿਆ ਏ ਕਿਹੋ ਜੇ ਹਾਏ ਪਾਸ਼ੂ ਨਰਾਜ ਕੀ ਤੇ ਗੁੱਸੇ ਨਾਲ ਕਹਿੰਦੀ ਆ ਕਿਉਂ ਕੀ ਹੋਇਆ ਆਪਣੇ ਘਰ ਨੂੰ ਜੇ ਘਰ ਦੀ ਚਿੰਤਾ ਸੀ ਤਾਂ ਸਹੇਲੀਆਂ ਵੀ ਆਪਣੇ ਕਦਮ ਮੁਤਾਬਕ ਚੁਣ ਲੈਂਦੀ ਜੇ ਤੈਨੂੰ ਇੰਨੀ ਸ਼ਰਮ ਆ ਰਹੀ ਏ ਆਪਣੇ ਉਸ ਘਰ ਚਲੇ ਜਾਂਦੇ ਹੋਏ ਬੇਬੇ ਦੇ ਉਹ ਬੋਲ ਪਾਸ਼ੂ ਨੂੰ ਅੰਦਰੋਂ چیر ਰਹੇ ਸੀ ਤੇ ਬੇਬੇ ਨੂੰ ਆਪਣੀ ਧੀ ਦੇ ਬਦਲਦੇ ਰਵੱਈਏ ਤੇ ਸੁਭਾਅ ਤੋਂ ਪੈ ਆਉਣ ਲੱਗਾ ਸੀ ਹੁਣ ਉਸ ਦੀ ਧੀ ਨੂੰ ਸੁਪਨੀਤੀ ਜਵਾਨੀ ਉਸ ਨੂੰ ਕੁਸ ਕਰ ਚ ਰਹਿ ਨਹੀਂ ਸੀ ਦੇ ਰਹੀ ਵੇਖ ਪਾਸ਼ੋ ਮੇਰਾ ਤੇਰੀ ਵੀ ਨਾ ਕੋਈ ਨਹੀਂ ਤੇਰੇ ਬਾਪੂ ਦਾ ਤਾਂ ਤੈਨੂੰ ਪਤਾ ਹੀ ਹੈ ਹਾਂ ਪਤਾ ਹੈ ਇਹ ਨੂੰ ਕੋਈ ਪਰਵਾਹ ਨਹੀਂ ਕਿ ਪਿੱਛੇ ਤੁਸੀਂ ਤੇ ਮੈਂ ਕਿਵੇਂ ਰਹੇ ਹਾਂ ਵੇਖੋ ਵਿਆਹ ਤੇ ਵੀ ਨਹੀਂ ਆਏ ਥੋੜੇ ਗੁੱਸੇ ਚ ਆਕਦੀ ਆ ਚਲ ਇੱਕ ਰਾਤ ਦੀ ਗੱਲ ਆ ਤੂੰ ਰੁਕ ਜਾ ਪਰ ਇਕੱਲੇ ਕਿਤੇ ਬਾਹਰ ਅੰਦਰ ਨਾ ਜਾਇਂ ਆਪਣੀ ਸਹੇਲੀ ਚਰਨੂ ਤੇ ਸ਼ੀਤਲ ਦੇ ਲਾਗੇ ਹੀ ਰਹੀ ਨਾ ਚਾਹੁੰਦੇ ਹੋਏ ਵੀ ਬੇਬੇ ਨੇ ਪਾਸ਼ੋ ਦੀ ਖੁਸ਼ੀ ਲਈ ਹਾਂ ਕਰ ਦਿੱਤੀ ਤੇ ਸਮਝਾਉਣ ਲੱਗ ਪਈ ਪਾਸ਼ੋ ਨੇ ਖੁਸ਼ੀ ਚ ਬੇਬੇ ਨੂੰ ਕੁੱਟ ਕੇ ਜੱਫੀ ਚ ਲੈ ਲਿਆ ਤੇ ਉਸ ਦੇ ਹੱਥ ਫੜ ਲਏ ਤੇ ਬੋਲੀ ਮੇਰੀ ਪਿਆਰੀ ਬੇਬੇ ਜਿਵੇਂ ਕਹੇਗੀ ਮੈਂ ਉੰਜ ਹੀ ਕਰਾਂਗੀ ਤੇਰੀ ਉਂਗਲ 'ਚ ਛੱਲਾ ਕਿੱਥੋਂ ਆਇਆ ਪਾਸ਼ੋ ਦੇ ਹੱਥਾਂ ਤੇ ਨਜ਼ਰ ਮਾਰਦੇ ਹੋਏ ਬੇਬੇ ਬੋਲੀ ਇਹ ਬੇਬੇ ਇਹ ਇਹ ਮੇਰੀ ਸਹੇਲੀ ਸ਼ੀਤਲਾਈਏ ਕਲਕੱਤੇ ਤੋਂ ਉਹਨੇ ਦਿੱਤੀ ਹੈ ਨਿਸ਼ਾਨੀ ਤੇ ਤੂੰ ਕੀ ਦਿੱਤਾ ਹੈ ਫਿਰ ਬੇਬੇ ਨੇ ਫਿਰ ਪੁੱਛਿਆ ਤਾਂ 파ਸ਼ੋ ਕੁਝ ਨਾ ਬੋਲ ਸਕੀ ਤੇ ਬੇਬੇ ਨੇ ਹੱਸਦੀ ਹੋਈ ਕਿਹਾ ਚਲ ਤੂੰ ਉਹਨੂੰ ਯਾਦ ਕਰ ਰਾਤ ਦੇ ਮੇਂ ਉਸਦੇ ਨਾਲ ਰਹਿ ਕੇ ਬੇਬੇ ਦੇ ਮੂੰਹੋਂ ਇਹ ਬੋਲ ਸੁਣ ਕੇ 파ਸ਼ੋ ਨੂੰ ਤਸੱਲੀ ਹੋਈ ਤੇ ਇੰਜ ਮਹਿਸੂਸ ਹੋਇਆ ਜਿਵੇਂ ਅੱਜ ਕਿਸੇ ਲੜਾਈ ਵਿੱਚ ਉਸ ਦੀ ਜਾਨ ਬਚ ਗਈ ਹੋਵੇ ਵਿਆਹ ਵਾਲਾ ਘਰ ਸੀ ਆਉਣਾ ਜਾਣਾ ਲੱਗਿਆ ਹੋਇਆ ਸੀ ਰਾਤ ਹੋਈ ਤੇ ਬੇਬੇ ਨੇ ਆਪਣਾ ਕੰਮ ਧੰਦਾ ਨਿਬੜਾਇਆ ਤੇ ਘਰ ਚਲੀ ਗਈ ਤੇ 파ਸ਼ੋ ਨੂੰ ਇੱਕ ਵਾਰ ਫਿਰ ਆਪਣੇ ਵੱਲੋਂ ਪੂਰੀ ਤਾਕੀਦ ਕਰਕੇ ਗਈ ਕੀ ਰਾਤ ਨੂੰ ਆਪਣਾ ਖਿਆਲ ਰੱਖੇ ਜਿਸ ਕਮਰੇ 'ਚ ਸ਼ੀਤਲ ਪਈ ਸੀ ਉਸ ਕਮਰੇ 'ਚ ਚਰਨੂ ਤੇ ਪਾਸ਼ੂ ਵੀ ਸੀ ਤਿੰਨੋਂ ਕਿ ਨਿਰਾਹ ਤੱਕ ਗੱਲਾਂ ਕਰਦੇ ਰਹੀਆਂ ਚਰਨੂ ਨੇ ਕਦੇ ਵੀ ਪਾਸ਼ੂ ਨੂੰ ਇਹ ਨਹੀਂ ਸੀ ਮਹਿਸੂਸ ਹੋਣ ਦਿੱਤਾ ਕਿ ਉਹ ਕਿਸੇ ਗਰੀਵ ਕਰ ਦਿੱਤੀ ਆ ਪਾਸ਼ੂ ਨੂੰ ਤੇ ਜਿਵੇਂ ਨੀਂਦ ਹੀ ਨਹੀਂ ਸੀ ਆ ਰਹੀ ਸ਼ੀਤਲ ਦੀ ਅੱਖ ਖੁੱਲੀ ਤੋਟ ਕੇ ਬਾਥਰੂਮ ਚਲੇ ਗਈ ਤੇ ਨਾਲ ਹੀ ਪਾਸ਼ੂ ਨੂੰ ਵੀ ਲੈ ਗਈ ਤੈਨੂੰ ਨੀਂਦ ਨਹੀਂ ਆਈ ਹਾਂ ਬਸ ਪਤਾ ਨਹੀਂ ਕੀ ਹੋਇਆ ਏ ਬੇਬੇ ਦਾ ਹੀ ਖਿਆਲ ਆਈ ਜਾ ਰਿਹਾ ਏ ਬੇਬੀ ਦਾ ਜੱਜੀ ਸ਼ੀਤਲ ਗੁਸਲਖਾਨੇ ਦੇ ਅੰਦਰ ਜਾਂਦੇ ਹੋਏ ਕਹਿੰਦੀ ਆ ਪਾਸ਼ੋ ਉਸਦੀ ਪਿਆਰ ਨਾਲ ਮੁੱਕਾ ਜਿਹਾ ਬਣਾ ਕੇ ਮਾਰ ਦਿਆ ਤਾਂ ਸ਼ੀਤਲ ਬੂਹੇ ਆਖਦੀ ਹੋਈ ਗੇਟ ਬੰਦ ਕਰ ਲੈਂਦੀ ਆ ਪਾਸ਼ੋ ਬਾਹਰ ਖੜ ਕੇ ਉਸ ਦਾ ਇੰਤਜ਼ਾਰ ਕਰਦੀ ਹੈ ਕਿੰਨਾ ਹੀ ਸੋਹਣਾ ਲੱਗਦਾ ਸੀ ਬਾਥਰੂਮ ਦਾ ਬਾਹਰ ਵਾਲਾ ਹਿੱਸਾ ਹੀ ਸਾਡੇ ਤੇ ਗੁਸਲਖਾਨੇ ਤਾਂ ਗੇਟ ਵੀ ਚੱਜਦਾ ਨਹੀਂ ਆ ਕਿੰਨੇ ਸ਼ਾਹੀ ठाਠ ਨੇ ਇਹਨਾਂ ਲੋਕਾਂ ਦੇ ਇੱਥੇ ਮੰਜੇ ਤੇ ਪੈ ਜਾਓ ਤਾਂ ਚੂੰ-ਚੂੰ ਹੀ ਨਹੀਂ ਠੀਕ ਆਉਂਦੀ ਮੰਜੇ ਦੀ। ਅੱਜਕੱਲ ਪਾਸ਼ੂ ਨੂੰ ਆਪਣੀ ਗਰੀਬੀ ਪਸੰਦ ਨਹੀਂ ਸੀ ਆ ਰਹੀ। ਕਾਸ਼ ਮੈਂ ਵੀ ਕਿਸੇ ਇਹੋ ਜਿਹੇ ਠਾਠ-ਫਾਠ ਵਾਲੇ ਘਰ 'ਚ ਭਲੀ ਬਣੀ ਹੁੰਦੀ। ਚਲ ਚੱਲੀਏ ਕਿ ਤੂੰ ਤੂੰ ਵੀ ਚਾਹਨਾ। ਬਾਹਰ ਆ ਸ਼ੀਤਲ ਨੇ ਕਿਹਾ ਪਰ ਪਾਸ਼ੂ ਤੇ ਕਿਸੇ ਹੋਰ ਹੀ ਖਿਆਲਾਂ 'ਚ ਗੁੰਮ ਸੀ। ਤਾਂ ਪਾਸ਼ੂ ਦੇ ਚਿਹਰੇ ਅੱਗੇ ਆਪਣਾ ਹੱਥ ਕਰਕੇ ਚੁਟਕੀ ਮਾਰਦੇ ਹੋਏ ਸ਼ੀਤਲ ਨੇ ਫਿਰ ਕਿਹਾ। "ਓ ਮੈਡਮ ਕਿੱਧਰ? ਕੁਝ ਨਹੀਂ ਬਸ।" ਐਨਾ ਆਖਦੋਂ ਮੈਂ ਅੰਦਰ ਚਲੀ ਗਈਆਂ। ਤੇ ਦੁਬਾਰਾ ਆਪਣੇ ਆਪਣੇ ਬਿਸਤਰ ਤੇ ਲੇਟ ਗਈਆਂ ਤਾਂ ਸ਼ੀਤਲ ਨੀਂਜਿੰਦਰ ਵਾਰੀ ਪੁੱਛਿਆ ਤਪਸੂ ਨੇ ਸ਼ਾਇਰੀ ਗੱਲ ਦੱਸ ਦਿੱਤੀ ਕਿ ਘਰ ਦਸਨ ਬਾਰੇ ਆਖ ਰਿਹਾ ਹੈ ਤਾਂ ਸ਼ੀਤਲ ਬਹੁਤ ਖੁਸ਼ ਹੋਈ ਤੇ ਬੋਲੀ ਫਿਰ ਤੂੰ ਦੱਸ ਦਿੱਤਾ ਨਹੀਂ ਮੇਰੀ ਹਿੰਮਤ ਨਹੀਂ ਪੈਂਦੀ ਬੇਬੇ ਤੂੰ ਡਰ ਲੱਗਦਾ ਏ ਇਸ ਚ ਡਰਨ ਨੂੰ ਕੀ ਏ ਮੈਂ ਤਾਂ ਨਹੀਂ ਡਰਦੀ ਚਲ ਮੇਰੀ ਛੱਡ ਤੂੰ ਆਪਣੀ ਸੁਣਾ ਮੇਰੀ ਤੇ ਬਹੁਤ ਅੱਗੇ ਲੰਘ ਗਈ ਕੀ ਮਤਲਬ ਮਤਲਬ ਮੈਂ ਮੇਰੀ ਮਾਂ ਨੂੰ ਦੱਸ ਦਿੱਤਾ ਤੇ ਉਹ ਸਾਡੇ ਵਿਆਹ ਲਈ ਮੰਨ ਵੀ ਗਏ ਨਾਲਪਈ ਪਾਸ਼ੂ ਨੂੰ ਸ਼ੀਤਲ ਆਪਣੀਆਂ ਬਾਹਾਂ 'ਚ ਜੱਕੜਦੇ ਹੋਏ ਕਹਿੰਦੀ ਆ ਤੇ ਪਾਸ਼ੂ ਉਸ ਦੀਆਂ ਬਾਹਾਂ ਦੇ ਸਿਕੰਜੇ 'ਚ ਆਪਣੇ ਆਪ ਨੂੰ ਫਸਿਆ ਹੋਇਆ ਮਹਿਸੂਸ ਕਰਦੀ ਹੈ ਇਤਿਹਾਸੇ ਹੋਏ ਬੋਲਦੀ ਆ ਮੈਨੂੰ ਕਿਉਂ ਇੰਨਾ ਘਸਕੇ ਫੜਿਆ ਏ ਮੇਰੇ ਵਿੱਚ ਧਰਿਉ ਤਿਸ ਤੇ ਤੈਨੂੰ ਪਾਸ਼ੂ ਦੇ ਮੂੰਹ ਦੇ ਨੇੜੇ ਮੂੰਹ ਕਰਦੇ ਹੋਏ ਸ਼ੀਤਲ ਲਗਦੀ ਆ ਕਾਸ਼ ਕਿ ਤੂੰ ਉਹੀ ਹੁੰਦਾ ਹਾਈ ਕਿੰਨੀ ਮਰੀ ਜਾਂਦੀ ਆ ਸ਼ੀਤਲ ਨੂੰ ਤੱਕਦੇ ਹੋਏ ਪਾਸ਼ੂ ਬੋਲੀ ਤੇ ਦੋਨੋਂ ਇੱਕ ਦੂਜੇ ਤੋਂ ਦੂਰ हट ਗਈਆਂ ਤਾਂ ਪਾਸ਼ੂ ਨੇ ਬਿਨਾਂ ਮਿਲੇ ਤੇ ਬਿਨਾਂ ਤਸੇ ਕਲਕੱਤੇ ਜਾਣ ਦਾ ਕਾਰਨ ਪੁੱਛਿਆ ਬਸ ਮਾਂ ਨੂੰ ਪੁਰਾਣੀਆਂ ਜ਼ਾਦਾ ਨੇ ਵਾਪਸ ਬੁਲਾ ਲਿਆ ਮੈਨੂੰ ਕੁਝ ਸਮਝ ਨਹੀਂ ਮੇਰੇ ਨਾਨਾ ਜੀ ਦੀ ਮੌਤ ਹੋ ਗਈ ਸੀ ਤੇ ਮਾਮਾ ਜੀ ਦੀ ਐਕਸੀਡੈਂਟ ਦਰਾਂ ਲੱਤਾਂ ਟੁੱਟ ਗਈਆਂ ਨਾਨੀ ਤੇ ਮਾਂ ਪਾਪਾ ਦੇ ਵਿਆਹ ਤੋਂ ਬਾਅਦ ਹੀ ਗੁਜ਼ਰ ਗਏ ਸੀ ਹੁਣ ਮੇਰੀਆਂ ਮਾਸੀਆਂ ਨੇ ਸਾਨੂੰ ਵਾਪਸ ਬੁਲਾਇਆ ਏ ਕੋਈ ਖਾਸ ਕਾਰਨ ਵੱਡੇ ਲੋਕਾਂ ਦੇ ਕਾਰਨ ਖਾਸ ਹੀ ਹੁੰਦੇ ਨੇ ਜਦ ਜਾਇਦਾਦ ਦਾ ਵਟਵਾਰਾ ਹੋਣਾ ਆਉਂਦਾ ਏ ਸ਼ੀਤਲ ਨੇ ਸਾਰੀ ਗੱਲ ਸਮਝਾਈ ਹਮ ਆਕਦੀ ਹੋਈ ਪਾਸ਼ੋ ਵਿੱਚ ਉਪਚਾਪ ਪੈ ਗਈ ਦੋਨੋਂ ਗੱਲਾਂ ਕਰਦੀਆਂ ਰਹੀਆਂ ਤੇ ਨੀਂਦਰ ਕਿਧਰੇ ਉੱਡ ਪੁੱਡ ਗਈ ਸੀ ਫਿਰ ਹੁਣ ਤੁਸੀਂ ਇੱਥੇ ਵਾਪਸ ਆਉਂਗੇ ਦੁਬਾਰਾ ਨਹੀਂ ਮਾਨੂੰ ਉਥੇ ਜੋ ਮਿਲ ਗਈ ਤੇ ਮੈਂ ਵੀ ਕਾਲਜ ਆ ਰਹੀ ਹਾਂ ਸੋ ਹੁਣ ਤੇ ਮੁਸ਼ਕਿਲ ਹੈ ਮੇਰਾ ਤੇ ਤੇਰੇ ਬਿਨਾ ਦਿਲ ਨਹੀਂ ਲੱਗਦਾ ਸਕੂਲ 'ਚ ਲੈ ਤੇਰਾ ਦਿਲ ਹੈ ਤੇ ਸਹੀ ਤੇਰੇ ਨਾਲ ਜਿੰਦਲ ਸ਼ੀਤਲ ਨੇ ਕਿਹਾ ਪਰ ਜਿੰਦਲ ਤੇ ਸ਼ੀਤਲ ਨਹੀਂ ਬਣ ਸਕਦਾ ਨਾ ਚਲ ਢੀਗਾ ਹੁਣ ਸੋ ਜਾ ਮੈਂ ਤੈਨੂੰ ਆਪਣਾ ਐਡਰੈਸ ਦੇ ਕੇ ਜਾਵਾਂਗੀ ਨਾਲੇ ਫੋਨ ਨੰਬਰ ਵੀ ਉੱਥੇ ਲੱਗਾ ਹੋਇਆ ਏ ਜਦ ਵੀ ਜ਼ਰੂਰਤ ਹੋਵੇ ਕਰ ਲਿਆ ਕਰੀ ਇੱਕ ਵਾਰ ਫਿਰ ਤੋਂ ਪਾਸ਼ੂ ਨੂੰ ਕੁੱਟ ਕੇ ਆਪਣੀ ਜੱਫੀ 'ਚ ਲੈਂਦੇ ਹੋਏ ਸ਼ੀਤ ਲੱਗਦੀ ਹੈ ਦੋਨੋਂ ਸੌਂ ਦਾ ਯਤਨ ਕਰਦੀਆਂ ਨੇ ਸਵੇਰ ਪੰਜ ਵਜੇ ਚੁੱਕੀ ਸੀ ਸਾਰੇ ਪਾਸੇ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਚਰਨਾਂ ਤੇ ਉਸ ਦੀ ਭੈਣ ਦੀ ਨਾਈ ਧੋਈ ਕਰਵਾਈ ਜਾ ਰਹੀ ਸੀ ਲਾਗਣ ਵੀ ਆ ਗਈ ਸੀ ਤੇ ਪਾਸ਼ੂ ਦੀ ਬੇਬੇ ਵੀ ਪਹੁੰਚ ਗਈ ਸੀ ਬੇਬੇ ਨੇ ਆਉਂਦੀ ਪਾਸ਼ੂ ਨੂੰ ਚਾਹ ਪਾਣੀ ਪਿਲਾ ਕੇ ਘਰ ਨੂੰ ਭੇਜ ਦਿੱਤਾ ਤਾਂ ਕਿ ਨਹਾਉਣ ਤੋਂ ਵਾਰ ਤਿਆਰ ਹੋ ਕੇ ਵਿਆਹ ਵਿੱਚ ਪਹੁੰਚ ਜਾਵੇ ਪਾਸ਼ੂ ਨੂੰ ਚਾਹ ਪਾ ਲਾ ਕੇ ਬੇਬੇ ਘਰ ਜਾਣ ਨੂੰ ਆਖਰੀ ਹੈ ਤਾਂ ਕਿ ਤਿਆਰ ਹੋ ਕੇ ਆ ਜਾਵੇ ਤੇ ਸ਼ੀਤਲ ਵੀ ਪਾਸ਼ੂ ਦੇ ਨਾਲ ਚਾਂਦੀ ਜਿੱਤ ਕਰਦੀ ਆ ਤਾਂ ਪਾਸ਼ੂ ਮਨ੍ਹਾ ਕਰ ਦਿੰਦੀ ਹੈ ਬੇਬੇ ਸਭ ਕੁਝ ਵੇਖ ਸੁਣ ਰਹੀ ਹੁੰਦੀ ਆ ਬੇਬੇ ਨੇ ਤੇ ਸੋਚਿਆ ਸੀ ਕਿ ਆਪਣੀ ਧੀ ਨੂੰ ਪੜਾ ਕੇ ਆਪਣੀ ਤੇ ਘਰ ਦੀ ਜੂਨ ਸੁਧਰ ਜਾਵੇਗੀ ਪਰ ਪਾਸ਼ੂ ਦਾ ਰਵਈਆ ਦਿਨ ਵ ਦਿਨ ਬਦਲਦਾ ਜਾ ਰਿਹਾ ਸੀ ਉਨਹੋਂ ਆਪਣੀ ਗਰੀਬੀ ਤੋਂ ਨਫ਼ਰਤ ਚਹੀ ਹੋ ਗਈ ਸੀ ਤੇ ਕੋਠੀਆਂ ਕਾਰਾਂ ਨਾਲ ਪਿਆਰ ਪੈਂਦਾ ਜਾ ਰਿਹਾ ਸੀ ਉਧਰ ਚੁੱਪਚਾਪ ਆਸ਼ੋ ਚਲੀ ਜਾਂਦੀ ਆ ਤੇ ਸ਼ੀਤਲ ਖੜੀ ਵੇਖਦੀ ਰਹਿੰਦੀ ਆ ਪਸ਼ੂਕਾਰਾ ਕਿ ਇੱਕ ਵਾਰ ਫਿਰ ਮੰਝੇ ਤੇ ਡਿੱਗ ਜਾਂਦੀ ਆ ਤੇ ਆਪਣੇ ਘਰ ਦੇ ਹਾਲਾਤ ਹੀ ਨਜ਼ਰ ਦੜਾ ਰਹੀ ਹੁੰਦੀ ਆ ਕਿ ਘਰ ਦਾ ਬੂਹਾ ਅਚਾਨਕ ਖੜਕ ਜਾਂਦਾ ਹੈ ਜਦ ਉੱਠ ਕੇ ਵੇਖਦੀ ਆ ਤਾਂ ਬਾਰੋ ਆਵਾਰਾ ਕੁੱਤੇ ਲੜਦੇ ਹੋਏ ਬੂਹੀ ਚ ਵੱਜ ਜਾਂਦੇ ਨੇ ਤੇ ਬੂਹਾ ਖੁੱਲ ਜਾਂਦਾ ਹੈ ਜਦ ਪਾਸ਼ੋ ਬੂਹਾ ਬੰਦ ਕਰਨ ਜਾਂਦੀ ਹੈ ਤਾਂ ਅੱਗੋਂ ਸ਼ਾਂਤੀ ਆ ਕੇ ਬੂਹਾ ਫੜ ਕੇ ਖੋਲਦੀ ਹੋਈ ਅੰਦਰ ਆਉਂਦੀ ਏ ਤੇ ਸ਼ਾਂਤੀ ਜਿਵੇਂ ਤਿਆਰ ਹੋਈ ਸੀ ਲੱਗ ਰਿਹਾ ਸੀ ਉਹ ਵੀ ਹਵੇਲੀ ਵਾਲਿਆਂ ਦੇ ਵਿਆਹ ਚ ਚੱਲੀ ਸੀ ਪੂਰੇ ਪਿੰਡ ਨੂੰ ਜੋ ਸੱਦਾ ਦਿੱਤਾ ਗਿਆ ਸੀ ਰੁਕ ਜਾ ਐਡੀ ਕੀ ਕਾਲੀ ਏ ਬੂਹਾ ਪੇੜੰਦੀ ਸ਼ਾਂਤੀ ਹੁਣ ਤੈਨੂੰ ਕੀ ਚਾਹੀਦਾ ਪਾਸ਼ੋ ਥੋੜਾ ਗੁੱਸੇ 'ਚ ਬੋਲਣ ਲੱਗਦੀ ਏ ਮੈਨੂੰ ਤੇ ਕੁਝ ਨਹੀਂ ਚਾਹੀਦਾ ਪਰ ਤੈਨੂੰ ਕੁਝ ਕਹਿਣਾ ਸੀ ਸ਼ਾਂਤੀ ਕਹਿ ਜੋ ਕਹਿਣਾ ਏ ਦੇਖ ਯਾਰ ਆਪਣੀਆਂ ਹੈਸਤੀਆਂ ਦੇ ਬੰਦੇ ਨਾਲ ਹੀ ਲਾਈ ਦੀਆਂ ਨੇ ਵੱਡੇ ਘਰਾਂ ਦੇ ਕਾਕੀ ਤਾਂ ਖੇਡ ਕੇ ਚਲੇ ਜਾਂਦੇ ਨੇ ਤੇਰਾ ਮਤਲਬ ਕੀ ਆ ਤੂੰ ਕੀ ਸਮਝਦੀ ਆ ਕਿ ਜੋ ਤੂੰ ਉਸਦੇ ਨਾਲ ਪਿੰਡ ਦੀ ਮੁੰਡੇ ਜਿੰਦਾਂ ਨਾਲ ਕਰ ਰਹੀ ਆ ਉਹ ਕਿਸੇ ਨੂੰ ਨਹੀਂ ਪਤਾ ਹਾਂ ਉਹ ਮੇਰਾ ਚੰਗਾ ਦੋਸਤ ਹੈ ਇਕੱਠੇ ਪੜ੍ਹਦੇ ਆ ਤੇ ਜਦ ਪਿੰਡੇ ਨੂੰ ਵਾਪਸ ਆਈਦਾ ਅੱਧਾ ਰਾਹ ਵੀ ਤਾਂ ਦੋਹਾਂ ਪਿੰਡਾਂ ਤੱਕ ਇਕੱਠਾ ਆਉਂਦਾ ਏ ਫਿਰ ਇਹਦੇ 'ਚ ਕੀ ਏ ਦੇਖ ਮੈਂ ਤੇ ਜੋ ਸੁਣਿਆ ਹੀ ਉਹੀ ਕਿਹਾ ਏ ਬਾਕੀ ਤੇ ਤੂੰ ਸਭ ਜਾਣਦੀ ਏ ਆਖਿਰ ਤੂੰ ਤੇ ਤੇਰੀ ਮਾਂ ਵੀ ਤੇ ਸਾਰਾ ਦਿਨ ਹਵੇਲੀ ਵਾਲਿਆਂ ਦੇ ਵੜੀਆਂ ਹੀ ਰਹਿੰਦੀ ਹੋ ਵਿਅੰਗਮਈ ਤਰੀਕੇ ਨਾਲ ਸ਼ਾਂਤੀ ਬੋਲਦੀ ਆ ਤਾਂ ਪਾਸ਼ੋ ਫਿਰ ਲੜ ਤੇ ਉੱਤਰ ਆਉਂਦੀ ਹੈ ਬੋਲਦੀ ਆ ਤੂੰ ਇਹ ਸਭ ਦੱਸਣ ਲਈ ਆਈ ਸੀ ਮੈਨੂੰ ਤੇ ਲੱਗਿਆ ਸੀ ਉਸ ਦਿਨ ਦੀ ਮਾਫੀ ਮੰਗਣ ਆਈ ਹੋਵੇਗੀ ਜਿਸ ਦਿਨ ਮੈਂ ਤੇਰਾ ਝਾਟਾ ਖਿਲਾ ਰਿਆ ਸੀ ਪਾਸ਼ੋ ਨੂੰ ਫਿਰ ਤੋਂ ਉਸ ਦਿਨ ਵਾਲੇ ਰੂਪ 'ਚ ਵੇਖ ਕੇ ਸ਼ਾਂਤੀ ਡਰ ਜਾਂਦੀ ਆ ਕਿ ਫਟਾਫਟ ਉਥੋਂ ਦੋ ਚਾਰ ਹੋਰ ਸੁਣਾ ਕੇ ਚਲੀ ਜਾਂਦੀ ਹੈ ਸ਼ਾਂਤੀ ਤਾਂ ਚਲੀ ਗਈ ਸੀ ਪਾਸ਼ੋ ਦੇ ਦਿਲ ਤੇ ਮਨ ਵਿੱਚ ਅਸ਼ਾਂਤੀ ਫੈਲਾ ਗਈ ਹੁਣ ਪਾਸ਼ੋ ਦਾ ਦਿਲ ਆਪਣੇ ਆਪ ਨੂੰ ਹੋਰ ਵੀ ਲਾਂਤਾਂ ਪਉਣ ਲੱਗ ਪਿਆ ਸੀ ਆਖਿਰ ਕੀ ਸੋਚ ਕੇ ਤੂੰ ਪਿਆਰ ਲਾ ਪਾ ਲਿਆ ਜਿੰਦਰ ਨਾਲ ਹਸੀਅ ਤੇ ਦੇਖ ਲੈਂਦੀ ਆਪਣੀ ਤੂੰ ਆਪਣਾ ਘਰ ਦਰ ਵੀ ਨਾ ਵੇਖਿਆ ਤੇ ਵੇਖਣ ਲੱਗ ਪਈ ਸੁਪਨੇ ਦਿਲ ਦੇ ਇੱਕੋ ਨੇ ਚ ਆਪਣੇ ਆਪ ਲਾਂਤਾਂ ਦੇ ਰਹੀ ਸੀ ਤਾਂ ਦੂਜੇ ਪਾਸੇ ਤੋਂ ਉਸ ਦਾ ਦਿਮਾਗ ਉਸ ਨੂੰ ਸਹੀ ਠਹਿਰਾ ਰਿਹਾ ਸੀ ਕਿਉਂਕਿ ਗਲਤ ਕੀਤਾ ਮੈਂ ਗੁਨਾਹ ਥੋੜਾ ਕੀਤਾ ਕੋਈ ਪਿਆਰ ਹੀ ਤੇ ਕੀਤਾ ਏ ਪਿਆਰ ਕੋਈ ਉੱਚਾ ਨਹੀਂ ਮਾਤੇ ਅਮੀਰ ਗਰੀਬ ਤੇ ਵੇਖ ਕੇ ਨਹੀਂ ਹੁੰਦਾ ਇੱਥੇ ਹੋ ਜਾਂਦਾ ਹੈ ਜਿੰਦਰ ਵੀ ਤੇ ਕਰਦਾ ਏ ਪਿਆਰ ਮੈਨੂੰ ਇਸੇ ਲਈ ਤੇ ਕਰ ਦੱਸਣ ਲਈ ਵੀ ਆਖਿਆ ਏ ਜੇ ਕਰਦਾ ਹੁੰਦਾ ਤਾਂ ਸੱਚ ਨੂੰ ਛਪਾਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਆਪਣੇ ਦਿਲ ਤੇ ਦਿਮਾਗ ਦੀ ਜਦੂ ਜਹਲ ਚ ਆ ਕੇ ਪਾਸ਼ੂ ਇੱਕ ਵਾਰ ਚੀਕ ਕੇ ਬੋਲਦੀ ਆ ਚੁੱਪ ਕਰ ਜਾ ਤੁਸੀਂ ਹਾਂਜੀ ਮੈਂ ਹਵੇਲੀ ਵਾਲਿਆਂ ਦੀ ਤਰ੍ਹਾਂ ਹੁੰਦੀ ਕਸ਼ਾਇਤ ਤੁਸੀਂ ਵੀ ਦੋਵੇਂ ਚੁੱਪ ਰਹਿੰਦੇ। ਦਿਲ ਤੇ ਦਿਮਾਗ ਦੀ ਲੜਾਈ ਨਾ ਹੁੰਦੀ ਤੇ ਜਿੰਦਰ ਵੀ ਮੀਰਾ ਹੁੰਦਾ ਤੇ ਨਾ ਹੀ ਲੋਕਾਂ ਦੀ ਤੌਮਤਾ ਦਾ ਖੌਫ ਹੁੰਦਾ। ਆਪਣੀਆਂ ਅੱਖਾਂ ਚਾਈ ਹੰਝੂਆਂ ਨੂੰ ਸਾਫ਼ ਕਰਦੀ ਹੋਈ ਪਾਸ਼ੋ ਉੱਠ ਕੇ ਨਹਾਉਣ ਲੱਗ ਜਾਂਦੀ ਹੈ। ਥੋੜੀ ਦੇਰ ਚ ਕੱਪੜੇ ਪਾ ਸਿਰ ਵਾ ਲੈਂਦੀ ਆ ਤੇ ਸੂਟ ਦੇ ਨਾਲ ਦੀ ਪਰਾਂਦੀ ਪਾਉਂਦੀ ਏ। ਮਾਂ ਦੀਆਂ ਚਾਂਦੀ ਦੀਆਂ ਵਾਲੀਆਂ ਜਿਨ੍ਹਾਂ ਤੇ ਸੋਨੇ ਦੀ ਝਾਲ ਫੇਰਾਈ ਹੋਈ ਉਹ ਪਾਉਂਦੀ ਹੈ। ਉਥੇ ਹੀ ਪਈ ਮਾਂ ਦੀ ਕੁ ਪੁਰਾਣੀ ਜਿਹੇ ਲਿਪਸਟਿਕ ਜਿਹੜੀ ਬਿਲਕੁਲ ਖਤਮ ਹੋ ਚੁੱਕੀ ਸੀ ਉਸ ਵਿੱਚੋਂ ਆਪਣੇ ਹੱਥੀ ਚੀਚੀ ਨਾਲ ਲਿਪਸਟਿਕ ਕੜ ਕੇ ਆਪਣੇ ਬੁੱਲਾਂ ਤੇ ਲਾਉਂਦੀ ਹੈ ਉਥੇ ਹੀ ਪਿਆ ਮਾਂ ਦਾ ਸੁਰਮਾ ਵੀ ਅੱਖਾਂ 'ਚ ਪਾ ਲੈਂਦੀ ਹੈ ਇੱਕ ਵਾਰ ਪੂਰੀ ਤਰ੍ਹਾਂ ਤਿਆਰ ਹੋ ਕੇ ਆਪਣੀ ਮਾਂ ਦੇ ਉਸ ਕਸੇ ਹੋਏ ਸ਼ੀਸ਼ੇ 'ਚ ਆਪਣੇ ਆਪ ਨੂੰ ਵੇਖਦੀ ਆ ਤੇ ਰਾਤ ਦੇ ਬੋਲੇ ਹੋਏ ਸ਼ਾਮੂ ਦੇ ਹੋ ਭੋਜ ਯਾਦ ਕਰਦੀ ਹੈ ਤੇਰੀ ਤੀ ਸਰਦਾਰਾਂ ਤੇ ਜਵਾਕਾਂ ਵਰਗੀਏ ਬੇਬੇ ਨੂੰ ਇਹ ਗੱਲ ਸੁਣ ਕੇ ਗੁੱਸਾ ਕਿਉਂ ਆਇਆ ਸੀ ਪਾਸ਼ੋ ਆਪਣੇ ਮਨ ਚਾਖਦੀ ਆ ਤੇ ਘਰ ਨੂੰ ਜਿੰਦਾ ਲਾ ਕੇ ਹਵੇਲੀ ਵੱਲ ਨੂੰ ਤੁਰ ਪਈ ਪਾਸ਼ੋ ਤਿਆਰ ਵਰ ਤਿਆਰ ਹੋ ਕੇ ਹਵੇਲੀ ਪਹੁੰਚ ਗਈ ਹਵੇਲੀ ਦੇ ਵੱਡੇ ਸਾਰੇ ਵਿਹੜੇ ਦੇ ਵਿੱਚ ਹੀ ਟੈਂਟ ਲੱਗਾ ਹੋਇਆ ਸੀ ਤੇ ਕੁਝ ਕਿ ਮਹਿਮਾਨ ਵੀ ਆ ਕੇ ਕੁਰਸੀਆਂ ਸਾਮ ਚੁੱਕੀ ਸੀ ਥੋੜਾ ਟੈਂਟ ਗਲੀ ਵਿੱਚ ਵੀ ਲਗਾ ਰੱਖਿਆ ਸੀ ਤੇ ਗਲੀ ਦੀ ਆਵਾਜ਼ਾਈ ਬਿਲਕੁਲ ਬੰਦ ਸੀ ਪਾਸ਼ੋ ਟੈਂਟ ਦੇ ਖੱਬੇ ਪਾਸੇ ਤੋਂ ਬਨੇ ਹੋਏ ਰਸਤੇ ਤੋਂ ਲੰਘਦੀ ਹੋਈ ਹਵੇਲੀ ਤੇ ਬੋਹੀ ਤੇ ਪਹੁੰਚ ਜਾਂਦੀ ਹੈ ਉੱਥੇ ਹੀ ਸੱਜੇ ਪਾਸੇ ਚੌਂਕੇ 'ਚ ਬੇਬੀ ਬੈਠੀ ਹੁੰਦੀ ਆ ਅੱਜ ਬੇਬੇ ਚੁੱਲ੍ਹੇ ਦੇ ਕੰਮ ਤੋਂ ਥੋੜੀ ਵੇਲ ਸੀ ਕਿਉਂਕਿ ਅੱਜ ਉਹ ਸਾਰਾ ਕੰਮ ਹਲਵਾਈਆਂ ਨੇ ਸੰਭਾਲ ਰੱਖਿਆ ਸੀ ਆ ਗਈ ਮੇਰੀ ਧੀ ਨਾਨੀ ਪਾਸੋਂ ਨੂੰ ਵੇਖਦੇ ਹੀ ਬੇਬੇ ਬੋਲੀ ਤੇ ਉਸ ਵੱਲ ਇੱਕ ਟਿਕ ਵੇਖਦੀ ਰਹੀ ਹਾਂ ਬੇਬੇ ਤੁਸੀਂ ਵੀ ਤਿਆਰ ਹੋ ਆਉਂਦੇ ਮੈਂ ਤੇ ਸਵੇਰੇ ਹੀ ਤਿਆਰ ਹੋ ਗਈ ਸੀ ਅੱਜ ਮੈਂ ਕੋਈ ਜ਼ਿਆਦਾ ਕੰਮ ਤੇ ਕਰਨਾ ਨਹੀਂ ਸੀ ਠੀਕਾ ਬੇਬੇ ਅਜੀ ਤੇ ਬਰਾਤ ਆਉਣ ਚ ਸਮਾਈ ਹਾਂ ਬਸ ਹੋਰ ਘੰਟੇ ਤੱਕ ਆ ਜਾਣਗੇ ਤੂੰ ਕੁਝ ਖਾ ਪੀ ਲੈ ਮੈਂ ਲਿਆ ਕੇ ਦਿੰਾਂ ਚਾਪ ਨਾਲ ਪਕੌੜੇ ਬਨੇ ਜਾਂਦੇ ਨੇ ਨਹੀਂ ਬੇਬੇ ਜੇ ਸਾਰੇ ਖਾਨ ਕੀ ਮੈਂ ਵੀ ਖਾ ਲਾਂਗੀ ਮੈਂ ਚਲਦੀ ਆਂ ਅੰਦਰ ਸ਼ੀਤਲ ਤੇ ਚਰਨ ਕੋਲ ਚਲ ਚੰਗਾ ਮਿਲ ਲੈ ਜਾ ਕੇ ਪਾਸ਼ੋ ਨੂੰ ਪਿੱਛੇ ਤੁਰੀ ਜਾਂਦੇ ਨੂੰ ਬੇਬੇ ਵੇਖਦੀ ਰਹਿੰਦੀ ਆ ਤੇ ਆਪਣੀ ਧੀ ਲਈ ਹੱਥ ਵਨ ਰੱਬਗੇ ਅਰਦਾਸਾਂ ਕਰਦੀ ਆ ਆਪਣੀ ਸਮਿਤੀ ਬਰਾਤ ਵੀ ਪਹੁੰਚ ਗਈ ਸੀ ਪਹਿਲਾਂ ਮਿਲਨੀਆਂ ਹੋਈਆਂ ਫਿਰ ਰਿਬਨ ਕਟਾਈ ਦੀ ਨੂਕ ਚੋਕ ਚੱਲੀ ਤੇ ਫਿਰ ਚਾਹ ਪਾਣੀ ਸ਼ਾਕੇ ਆਨੰਦ ਕਾਰਜ ਦੀ ਤਿਆਰੀ ਆਰੰਭ ਹੋ ਗਏ ਜਦ ਸ਼ੀਤਲ ਤੇ ਪਾਸ਼ੋ ਆਪਣੇ ਲਈ ਖਾਨ ਵਾਸਤੇ ਲੈਣ ਆਈਆਂ ਤੋ ਸਮੇਂ ਜਿੰਦਰ ਵੀ ਉੱਥੇ ਪਹੁੰਚ ਜਾਂਦਾ ਹੈ ਤੇ ਸ਼ੀਤਲ ਵੇਖਦੇ ਪਾਸ਼ੂ ਨੂੰ ਛੇੜਦੇ ਹੋਏ ਆਖਦੀ ਆ ਇਹ ਤੇ ਇੱਥੇ ਵੀ ਪ੍ਰਗਟ ਹੋ ਗਿਆ ਕੌਣ ਬਿਨਾਂ ਆਸ-ਪਾਸ ਵੇਖੇ ਪਾਸ਼ੂ ਸੀਤਲ ਨੂੰ ਪੁੱਛਦੀ ਆ ਜੀ ਆਪਣਾ ਬੂਥਾ ਤਾਂ ਛੁੱਕੇ ਤਾਂ ਵੇਖੇ ਕੌਣੇ ਸ਼ੀਤਲ ਦੇ ਇੰਨਾ ਆਖਦੀ ਪਾਸ਼ੂ ਨੇ ਜਦ ਵੇਖਿਆ ਤਾਂ ਸਾਹਮਣੇ ਜਿੰਦਰ ਪ੍ਰਤਾਪ ਨਾਲ ਖੜਾ ਹੱਥ ਮਿਲਾ ਰਿਹਾ ਸੀ ਤੇ ਚਾਹ ਪਾਣੀ ਪੀਣ ਵਾਸਤੇ ਦੋਵੇਂ ਅੱਗੇ ਵਧ ਰਹੀ ਸੀ ਇਹ ਵੇਖ ਕੇ ਪਾਸ਼ੂ ਸਿੱਧੀ ਛੇਤੀ ਸ਼ੀਤਲ ਨੂੰ ਲੈ ਕੇ ਉੱਥੋਂ ਨਿਕਲ ਪੈਂਦੀ ਹੈ ਕੀ ਹੋਇਆ ਤੂੰ ਐਵੇਂ ਕਿਉਂ ਕਰ ਰਹੀ ਹੈ ਸ਼ੀਤਲ ਜੀ ਕਿਸ ਨੇ ਵੇਖ ਲਿਆ ਪਾਸੋਂ ਥੇ ਬੈਠੀਆਂ ਹੋਰ ਜਨਾਨੀਆਂ ਵੱਲ ਵੇਖਦੀ ਹੋਈ ਕਹਿੰਦੀ ਹੈ ਫਿਰ ਕੀ ਹੋ ਜਾਣਾ ਹੈ ਵਿਆਹ ਵਿੱਚ ਤਾਂ ਲੋਕ ਹੀ ਆਉਂਦੇ ਜਾਂਦੇ ਹੀ ਰਹਿੰਦੇ ਨੇ ਸਭ ਨੂੰ ਵੇਖਦੇ ਵੀ ਨੇ ਚਲ ਛੱਡ ਤੂੰ ਨਹੀਂ ਸਮਝ ਸਕਦੀ ਜੇ ਸਮਝਾਵੇ ਤਾਂ ਮੈਂ ਵੀ ਸਮਝ ਸਕਦੀ ਹਾਂ ਪਰ ਬਸ ਪਰਪਰ ਨਾ ਕਰ ਹੁਣ ਆਪਾਂ ਅੰਦਰ ਚੱਲਦੇ ਹਾਂ ਚਾਨੂ ਕੁਲ ਛੇਤੀ ਚਾਹ ਪੀ ਲੈ ਦੋਨੋਂ ਚਾਹ ਪੀ ਕੇ ਛੇਤੀ ਦੇ ਕੀ ਅੰਦਰ ਚਲੀਆਂ ਜਾਂਦੀਆਂ ਹਨ ਪਰ ਪਾਸ਼ੂ ਦੀਆਂ ਨਜ਼ਰਾਂ ਚਿੰਦਰ ਨੂੰ ਲੱਭ ਰਹੀਆਂ ਸੀ ਆਨੰਦ ਕਾਰਜ ਦੀ ਰਸਮਾਂ ਸ਼ੁਰੂ ਹੋਣ ਵਾਲੀਆਂ ਸੀ ਮੁੰਡੇ ਤੇ ਕੁੜੀ ਵਾਲੇ ਸਭ ਆਨੰਦ ਕਾਰਜ ਵਾਲੇ ਸਥਾਨ ਤੇ ਪਹੁੰਚ ਗਏ ਪਹਿਲਾਂ ਵੀ ਤੇ ਹੁਣ ਵੀ ਕਈ ਕਰਾਂ 'ਚ ਲੋਕੀ ਆਨੰਦ ਕਾਰਜ ਕਰਾਂ 'ਚ ਹੀ ਕਰਵਾਉਂਦੇ ਹੁੰਦੇ ਸੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਘਰ ਵਿੱਚ ਸ਼ਿੰਸ਼ੋਭਿਤ ਕਰਕੇ ਗ੍ਰੰਥੀ ਸਿੰਘ ਸਹਿਵਾਨ ਨੇ ਬਾਣੀ ਪੜਨੀ ਸ਼ੁਰੂ ਕੀਤੀ ਤੇ ਰਾਗੀ ਸਿੰਘਾਂ ਨੇ ਇੱਕ ਇੱਕ ਕਰਕੇ ਲਾਮਾਂ ਦੇ ਕੀਰਤਨ ਕੀਤੇ ਤੇ ਵਿਆਹਤ ਜੋੜੀਆਂ ਨੇ ਲਾਮਾਂ ਲਈਆਂ ਨੰਦਕਾਰਸ ਤੋਂ ਬਾਅਦ ਰਾਤ ਨੂੰ ਰੋਟੀ ਪਾਣੀ ਸ਼ਿਕਾਇਆ ਗਿਆ ਤੇ ਕੁਝ ਜਾਂਜੀ ਜੋ ਕਿ ਸ਼ਰਾਬ ਦੇ ਸ਼ਕੀਨ ਸੀ ਉਹਨਾਂ ਨੂੰ ਅਲੱਗ ਤੋਂ ਸ਼ਰਾਬ ਦਾ ਪ੍ਰਬੰਧ ਕੀਤਾ ਗਿਆ ਪ੍ਰਤਾਪ ਦੇ ਨਾਲ ਜਿੰਦਰ ਵੀ ਉਹਨਾਂ ਜਾਂਜੀਆਂ ਦੀ ਸੇਵਾ 'ਚ ਲੱਗਾ ਹੋਇਆ ਸੀ ਦੋਸਤ ਦੀ ਭੈਣ ਦਾ ਜੋ ਵਿਆਹ ਸੀ ਇਸ ਸਮੇਂ ਜੀਵਨ ਦੀ ਨਜ਼ਰ ਜਿੰਦਰ ਤੇ ਪਈ ਤੇ ਉਹ ਉਸ ਦੇ ਦਿਲ ਨੂੰ ਬਹੁਤ ਪਾ ਗਿਆ ਸੀ ਤੇ ਮਨੀ ਮਨ ਗੁੱਡੀ ਦੀ ਜੀਵਨ ਸਾਥੀ ਦੇ ਰੂਪ ਵਿੱਚ ਵੇਖਣ ਲੱਗ ਪਿਆ ਸੀ ਹੋਰ ਸ਼ਾਮ ਹੋਈ ਤੇ ਬਰਾਤ ਦੀ ਜਾਂਦੀ ਤਿਆਰੀ ਹੋ ਗਈ ਸੀ ਜੋਤੀ ਐਨੇ ਸਾਲਾਂ ਤੱਕ ਇਸ ਘਰ ਦੀ ਮਾਲਕਨ ਸੀ ਕੁਝ ਮਿੰਟਾਂ ਸਕਿੰਟਾਂ ਤੱਕ ਉਹ ਪਰਦੇਸ਼ਨ ਹੋਣ ਵਾਲੀ ਸੀ ਭੋਲੀ ਨੂੰ ਰੋਂਦੇ ਵੇਖ ਕੇ ਚਰਨੋਂ ਤੇ ਗੁੱਡੀ ਦਾ ਵੀ ਰੋਣਾ ਨਿਕਲ ਰਿਹਾ ਸੀ ਸ਼ੀਤਲ ਤੇ ਪਾਸ਼ੋ ਵੀ ਇਹ ਸਭ ਵੇਖ ਕੇ ਆਪਣੇ ਆਪ ਤੇ ਕਾਬੂ ਨਾ ਕਰ ਸਕੀਆਂ ਤੇ ਰੋਂ ਲੱਗ ਪਈਆਂ ਚਤ ਵਿਦਾਈ ਹੋਣ ਲੱਗੀ ਤਾਂ ਪਿੱਛੋਂ ਕੁਝ ਬੀਬੀਆਂ ਦੇ ਗੋਂ ਦੀ ਆਵਾਜ਼ ਆਉਣ ਲੱਗ ਪਈ ਧੰਵਾਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਵੀਡੀਓ ਸਵੇਰੇ ਸਾਡੇ 9 ਵਜੇ ਅਪਲੋਡ ਕੀਤੀ ਜਾਵੇਗੀ ਬਨੇ ਰਹੋ ਚੈਨਲ ਦੇ ਨਾਲ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਨਾਵਲ ਕਿਵੇਂ ਲੱਗ ਰਿਹਾ ਹੈ ਧੰਨਵਾਦ ਜੀ